ਮੈਂ ਕਈ ਵਾਰ ਹਾਰਿਆ ਹਾਂ ਅਣਗਿਣਤ ਵਾਰ ਅਸਫਲ ਹੋਇਆ ਹਾਂ ਮੈਂ ਕੁੱਟ ਵੀ ਕਈਆਂ ਧੋਖਾ ਖਾਧੀ ਹੈ ਬੇਇੱਜ਼ਤੀ ਵੀ अनेਕਾਂ ਦੀ ਬਰਦਾਸ਼ਤ ਕੀਤੀ ਹੈ ਮੇਰੇ ਨਾਲ ਬਦੀਕੀਆਂ ਵੀ ਹੋਈਆਂ ਹਨ ਧੋਖਾ ਤਾਂ ਕਈ ਵਾਰ ਹੋਇਆ ਹੈ ਘਾਟੇ ਤਾਂ ਪੈਂਦੇ ਹੀ ਰਹੇ ਹਨ ਮੇਰਾ ਮੁਖੌਲ ਵੀ ਉੱਡਿਆ ਹੈ ਮੇਰੇ ਤੇ ਝੂਠੇ ਦੋਸ਼ ਵੀ ਲੱਗੇ ਹਨ ਮੇਰੇ ਤੇ ਮੁਕੱਦਮੇ ਵੀ ਚੱਲੇ ਹਨ ਕੁਝ ਗਲਤ ਵਾਪਰਨ ਤੇ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਰਿਹਾ ਹੈ ਇਨਾ ਸਾਰੀਆਂ ਗੱਲਾਂ ਦੇ ਬਾਵਜੂਦ ਜੇ ਮੈਂ ਅਜੇ ਤੱਕ ਟੁੱਟਿਆ ਨਹੀਂ ਆਤਮਕਾਤ ਕਰਨ ਬਾਰੇ ਸੋਚਿਆ ਨਹੀਂ ਤਾਂ ਨਿਰੋਲ ਸਵੈ ਵਿਸ਼ਵਾਸ ਨਾਲ ਕੇਵਲ ਜਾਣਨ ਦੀ ਇਸ ਜਗਿਆਸਾ ਕਾਰਨ ਕਿ ਵੇਖਦਾ ਹਾਂ ਅੱਗੋਂ ਕੀ ਹੋਏਗਾ ਧੰਨਵਾਦ